ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ, ਪਹੁੰਚਿਆ ਪਿੰਡ ਲਤਾਲੇ ਤੇ ਪਿੱਛੇ ਖੜੀ ਆ ਗੱਡੀ ਇਨੋਵਾ। ਲਤਾਲੇ ਪਿੰਡ ਕੁਲਦੀਪ ਬਾਈ ਦੇ ਘਰੇ ਆਏ ਸੀ ਹੀਟਰ ਸਿਸਟਮ ਲਗਾਉਣ ਤੇ ਸ਼ੌਂਕ ਕਰਾਵਾਂਗੇ ਕਬੂਤਰਾਂ ਦਾ। ਤੇ ਬਾਈ ਨੇ ਆਹ ਜਿਹੜੀ 1/6/2022 ਨੂੰ ਸ਼ਾਨਦਾਰ ਕਬੂਤਰਬਾਜ਼ੀ ਮੁਕਾਬਲਾ ਪਿੰਡ ਤਲਵੰਡੀ ਕਲਾਂ ਇਨੋਵਾ ਗੱਡੀ ਜਿਹੜੀ ਬਾਈ ਨੇ ਜਿੱਤੀ ਕਿਹੜਾ ਕਬੂਤਰ ਦੇ ਨਾਲ ਹੀ, ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਕਬੂਤਰ ਹੀ ਆ ਜੀ, ਕਬੂਤਰ ਆ ਤੁਹਾਨੂੰ ਹੁਣੇ ਦਿਖਾਉਂਦੇ ਹਾਂ। ਅਤੇ ਬਾਈ ਨੇ ਮੋਟਰਸਾਈਕਲ, ਹੋਰ ਬਹੁਤ ਸਾਰੇ ਇਨਾਮ ਜਿਹੜੇ ਜਿੱਤੇ ਹੋਏ ਆ, ਕਿਹੜੇ ਕਬੂਤਰਾਂ ਨਾਲ ਜਿੱਤੇ ਆ ਉਹ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ। ਅਤੇ ਇੱਧਰ ਆ ਬਾਈ ਦੇ ਖੁੱਡੇ, ਇਹ ਦੇਖੋ ਬਾਈ, ਇਹ ਸਾਰੇ ਦੇ ਸਾਰੇ ਬਾਈ ਦੇ ਖੁੱਡੇ ਆ ਜਿਹੜੇ ਆਪਾਂ ਕਵਰ ਕੀਤੇ ਆ, ਕਿਉਂਕਿ ਕਬੂਤਰ ਵੀਰ ਹੋਣਾ ਦੇ ਕੋਲ ਵਧੀਆ ਆ। ਅਤੇ ਗਰੁੱਪ ਆ ਬਾਈ ਉਸਤਾਦ ਸੋਨੀ ਬ੍ਰਹਮਪੁਰ ਵਾਲਾ, ਅਤੇ ਆਹ ਬਾਈ ਕੁਲਦੀਪ ਬਾਈ ਖੜ੍ਹੇ ਨੇ, ਅਤੇ ਇਹ ਨਾਲ ਭਰਾ ਜਿਹੜੇ ਇੱਥੇ ਸ਼ੌਂਕ ਕਰਦੇ ਨੇ ਕਬੂਤਰਾਂ ਦਾ, ਅਤੇ ਸ਼ੌਂਕ ਬਹੁਤ ਵਧੀਆ ਅਤੇ ਗਰੁੱਪ ਵੀ ਬਹੁਤ ਵਧੀਆ ਵੀਰ ਹੋਣਾ ਦਾ, ਜਿੰਨੇ ਵੀ ਭਰਾ ਨੇ। ਅਤੇ ਇੱਕ ਬਾਈ ਦਾ ਕਿਹੜਾ ਪਿੰਡ ਆ, ਧੂੜਕੋਟ ਵਾਲਾ ਬਾਈ, ਬਾਈ ਹੋਣਾ ਦੇ ਘਰ ਅਸੀਂ ਪਹਿਲਾਂ ਹੂਟਰ ਲਗਾਇਆ ਹੋਇਆ ਆ। ਅਤੇ ਸ਼ੌਂਕ ਜਿਹੜਾ ਵੀਰ ਹੋਣਾ ਨੂੰ ਵੀ ਬਹੁਤ ਆ, ਅਤੇ ਨਾਲ ਬਲਦ ਵੀ ਭਜਾਉਂਦੇ ਆ, ਹੈ ਨਾ, ਬਲਦ ਵੀ ਸੀ ਤੁਹਾਡੇ ਘਰ। ਅਤੇ ਸ਼ੌਂਕ ਜਿਹੜਾ ਲਤਾਲੇ ਪਿੰਡ ਦੇ ਵਿੱਚ ਅੱਜ ਤੁਹਾਨੂੰ ਕਬੂਤਰਾਂ ਦਾ ਕਰਾਉਣ ਜਾ ਰਹੇ ਹਾਂ, ਠੀਕ ਹੈ ਜੀ। ਅਤੇ ਇੱਧਰ ਵੀ ਬਾਈ ਹੋਣਾ ਦੇ ਖੁੱਡੇ ਆ ਸਾਰੇ ਬੰਨੇ, ਅਤੇ ਪੂਰੇ ਦਾ ਪੂਰਾ ਪਲਾਟ ਜਿਹੜਾ ਹੈਗਾ ਆ ਕਬੂਤਰਬਾਜ਼ੀ ਦੇ ਲਈ ਆ। ਅਤੇ ਸ਼ੌਂਕ ਕਰਾਉਂਦੇ ਬਾਈ ਦੇ ਤੁਹਾਨੂੰ ਕਬੂਤਰਾਂ ਦਾ। ਇਹ ਬਾਈ ਤੁਹਾਨੂੰ ਇੱਕ ਖੁੱਡੇ ਦੇ ਵਿੱਚ ਦਿਖਾਉਂਦੇ ਹਾਂ ਆਪਾਂ ਕਬੂਤਰ, ਇਹਦੇ ਵਿੱਚ ਸਾਰੀਆਂ ਕਬੂਤਰੀਆਂ ਹੀ ਨੇ ਮਿੱਤਰੋ। ਇੱਕ ਟੱਕੀਆਂ ਦੇਖੋ, ਇੱਕ ਚੀਜ਼ ਫਿਰ ਦੱਸਦੀ ਹੈ ਬਾਈ, ਹੈਗੇ ਤੁਹਾਡੇ ਸ਼ੌਂਕ ਲਈ ਆ, ਸੇਲ ਵਾਸਤੇ ਕੋਈ ਵੀ ਭਰਾ ਜਿਹੜਾ ਫੋਨ ਨਾ ਕਰੇ, ਸਿਰਫ ਤੁਹਾਡੇ ਸ਼ੌਂਕ ਦੇ ਲਈ। ਲਾਲ ਚੀਨੀਆਂ, ਚਿੱਟੀਆਂ ਅੱਖਾਂ ਦੀਆਂ, ਚਿੱਟੀਆਂ ਦੁੱਧ ਸ਼ਾਹ ਅੱਖੀਆਂ, ਜ਼ਿਆਦਾ ਕਬੂਤਰ ਬਾਈ ਉਹਨਾਂ ਦੇ ਕੋਲ ਮੈਂ ਦੋ ਹੀ ਬਰੀਡਾਂ ਦੇਖੀਆਂ ਬਾਈ, ਚਿੱਟੀਆਂ ਅੱਖਾਂ ਅਤੇ ਕਾਲੀਆਂ ਅੱਖਾਂ, ਦੋ ਹੀ ਬਰੀਡਾਂ ਨੇ ਵੀਰ ਦੇ ਕੋਲ। ਇਹ ਦੇਖੋ ਅਤੇ ਕਰੋ ਸ਼ੌਂਕ ਮੇਰੇ ਵੀਰੇ ਨਾ ਕਬੂਤਰਾਂ ਦਾ। ਇਹ ਫਿਰ ਤੁਹਾਨੂੰ ਇੱਕ ਵਾਰ ਦੱਸ ਦਈਏ, ਕੁਲਦੀਪ ਲਤਾਲਾ ਬਾਈ ਦੇ ਅਤੇ ਉਸਤਾਦ ਸੋਨੀ ਬ੍ਰਹਮਪੁਰ ਵਾਲਿਆਂ ਦੇ ਕਬੂਤਰ ਨੇ। ਗਰੁੱਪ ਬਹੁਤ ਵਧੀਆ ਬਾਈ ਉਹਨਾਂ ਦਾ, ਅਤੇ ਬਾਜ਼ੀਆਂ ਵੀ ਬਹੁਤ ਵਧੀਆ ਜਿੱਤੇ ਨੇ, ਠੀਕ ਹੈ ਜੀ। ਇਨੋਵਾ ਗੱਡੀ ਦੇ ਜੇਤੂ ਕਬੂਤਰ ਚੰਗੇ ਨੇ, ਫਿਰ ਹੀ ਬਈ ਬਾਜ਼ੀਆਂ ਜਿੱਤ ਹੁੰਦੀਆਂ। ਜੇ ਕਬੂਤਰ ਵਧੀਆ ਨਾ ਹੋਣ ਤਾਂ ਬਾਜ਼ੀਆਂ ਜਿੱਤਣੀਆਂ ਵੀ ਜਿਹੜੀਆਂ ਉਹ ਔਖੀਆਂ ਨੇ। ਇਹ ਦੇਖੋ ਬਹੁਤ ਹੀ ਸ਼ਾਨਦਾਰ ਪਰਿੰਦੇ ਨੇ। ਫਿਰ ਇੱਕ ਵਾਰ ਦੱਸਦੀ ਹੈ ਬਈ, ਉਰੇ ਆਏ ਸੀ ਆਪਾਂ ਹੂਟਰ ਸਿਸਟਮ ਲਾਉਣ ਲਈ, ਹੂਟਰ ਸਿਸਟਮ ਲਾ ਦਿੱਤਾ ਆ, ਅਤੇ ਮੈਂ ਕਿਹਾ ਹੁਣ ਆਪਾਂ ਕਰਾ ਦਈਏ। ਮਿੱਤਰਾ ਤੁਹਾਨੂੰ ਸ਼ੌਂਕ ਹੈ ਨਾ ਕਬੂਤਰਾਂ ਦਾ, ਕਬੂਤਰ ਬਹੁਤ ਬਹੁਤ ਚੰਗੇ। ਇਹ ਦੇਖੋ ਇੱਕੋ ਜਿਹੀਆਂ ਕਬੂਤਰੀਆਂ ਨੇ, ਅਤੇ ਸਾਂਭ ਸੰਭਾਲ ਵੀ ਬਹੁਤ ਜ਼ਿਆਦਾ ਆ ਬਾਈ, ਖੁੱਡੇ ਵੀ ਖੁੱਲ੍ਹੇ ਡੁੱਲੇ ਨੇ ਪੂਰੇ। ਇਹ ਦੇਖੋ ਬਾਈ ਕੁਝ ਨੀਚੇ ਬੈਠੀਆਂ ਨੇ, ਅਤੇ ਤੁਹਾਨੂੰ ਕਰਾਉਣੇ ਸ਼ੌਂਕ ਬਾਈ ਨੇ। ਆਹ ਕਬੂਤਰੀ ਫੜੀ ਆ ਵੀਰ ਹੁਣਾਂ ਨੇ ਇੱਕ ਹੱਥ ਦੇ ਵਿੱਚ, ਆਹੀ ਆ ਵੀਰ, ਕੰਗਣ ਨਾਲ ਜਿੱਤੀ ਆ ਕਬੂਤਰੀ, ਚਿੱਟੀਆਂ ਅੱਖਾਂ ਹੈ, ਚਿੱਟੀਆਂ ਅੱਖਾਂ ਦੀ ਆ, ਹੈ ਬੱਚਿਆਂ ਤੇ ਲਾਈ ਹੋਈ ਆ, ਬੱਚੇ ਕੱਢੇ ਹੋਏ ਆ ਇਸ ਕਬੂਤਰੀ ਦੇ। ਕੁੱਪ ਤੋਂ ਜੇਤੂ ਆ,
ਪਹਿਲੇ ਨੂੰ ਫ੍ਰਿਜ ਸੀ, ਸਹੀ ਆ, ਬਹੁਤ ਸੋਹਣੀ ਬਾਈ। ਆ ਲਓ ਬਾਈ, ਆ ਵੀ ਕਰੋ ਸ਼ੌਂਕ। ਇਹ ਕਬੂਤਰੀ ਨੇ ਅਨੋਵਾ ਗੱਡੀ ਜਿੱਤੀ ਪਿੰਡ ਤਲਵੰਡੀ ਤੋਂ। ਇਹ ਤਲਵੰਡੀ ਕਿਹੜੀ ਆ ਵੀਰੇ? ਮੁੱਲਾਪੁਰ ਲੱਗੇ ਹੈ। ਆਹ ਕਬੂਤਰੀ ਆ ਚਿੱਟੀਆਂ ਅੱਖਾਂ ਦੀ, ਧੌਣ ਤੇ ਲਾਲ ਛੋਟਾ। ਕਿੰਨੇ ਵਜੇ ਹਾਰ ਜਿੱਤ ਹੋਈ ਆ ਬਈ ਇਹ ਕਬੂਤਰੀ ਦੀ? ਇੱਕ ਘੰਟਾ। ਬੱਲੇ ਬੱਲੇ, ਗਰਮੀ ਪੂਰੀ ਸੀ? ਗਰਮੀ ਵਧੀਆ ਬਾਈ, ਪੂਰੀ ਵਧੀਆ। ਗਰਮੀ ਪੂਰੀ ਵਧੀਆ, ਜੂਨ ਦੀ ਬਾਜੀ ਬਾਈ। 1 ਜੂਨ ਦੀ ਬਾਜੀ ਸੀ ਤੇ ਅੱਖਾਂ ਦੇਖੋ ਕਬੂਤਰੀ ਦੀਆਂ, ਤੁਹਾਨੂੰ ਨੇੜੇ ਤੋਂ ਦਿਖਾਉਂਦੇ ਆ ਬਾਈ, ਬਿਲਕੁਲ ਚਿੱਟੀਆਂ ਅੱਖਾਂ ਨੇ ਕਬੂਤਰੀ ਦੀਆਂ ਤੇ ਹੁਣ ਬਾਈ ਉਹਨਾਂ ਨੇ ਜੋੜਿਆਂ 'ਚ ਪਾਈ ਹੋਈ ਆ। ਤੇ ਪਰ ਦੇਖ ਲਓ ਇਸ ਕਬੂਤਰੀ ਦੇ, ਬਹੁਤ ਹੀ ਵਧੀਆ ਸ਼ਾਨਦਾਰ ਪਰ ਨੇ ਬਾਈ। ਤੇ ਲਾਲ ਸਰੀ ਕਬੂਤਰੀ ਆ, ਲਾਲ ਛੁੱਟ ਨੇ ਇਹਦੀ ਧੌਣ ਦੇ ਉੱਤੇ, ਬਹੁਤ ਵਧੀਆ ਵੀਰੇ। ਹਰੀਆਂ ਬਗਲਾਂ ਨੇ ਕਬੂਤਰੀ ਦੀਆਂ, ਤੋਤੀਆ ਰੰਗ ਦੀਆਂ ਜਿਹੜੀਆਂ, ਤੇ ਆਹ ਦੇਖ ਲੋ ਬਾਈ, ਫੇਰ ਤੁਹਾਨੂੰ ਇੱਕ ਵਾਰ ਦੱਸ ਦਈਏ, ਚਿੱਟੀਆਂ ਅੱਖਾਂ ਨੇ ਇਹਨਾਂ ਕਬੂਤਰਾਂ ਦੀਆਂ ਜ਼ਿਆਦਾ ਵੀਰ ਦੇ ਕੋਲ। ਚਿੱਟੀਆਂ ਅਤੇ ਕਾਲੀਆਂ ਦੇ ਆ, ਖੱਟੀਆਂ ਵਾਲਾ ਕੋਈ ਹੋਊਗਾ ਜੇਕਰ ਹੋਊਗਾ, ਨਹੀਂ ਤਾਂ ਸਾਰੇ ਚਿੱਟੀਆਂ ਕਾਲੀਆਂ ਦੇ ਹੀ ਆ ਜਿੰਨੇ ਵੀ ਹੈਗੇ ਨੇ। ਬਹੁਤ ਹੀ ਸੋਹਣੇ ਪਰਿੰਦੇ ਨੇ, ਸਿਰਫ ਤੁਹਾਡੇ ਸ਼ੌਂਕ ਲਈ ਫੇਰ ਦੱਸ ਦਈਏ, ਵਿਕਾਊ ਨਹੀਂ ਹੈਗੇ ਬਈ। ਆਹ ਸ਼ਾਹ ਅੱਖਾਂ ਕਬੂਤਰ, ਕਬੂਤਰ ਬਾਈ 2022 'ਚ ਫਰਿੱਜ ਜਿੱਤਿਆ ਜੀ ਰੰਗੂਵਾਲ। ਇਹ ਬਈ ਜਿੱਤਿਆ ਰੰਗੂਵਾਲ ਤੋਂ ਫਰਿੱਜ 2022 'ਚ, 2022 ਦੇ ਵਿੱਚ ਰੰਗੂਵਾਲ ਤੋਂ ਫਰਿੱਜ ਜੇਤੂਗਾ। ਮੀਨ ਕਬੂਤਰ ਬਾਈ ਹੁਣ ਜਿੱਤੇ ਆਪਾਂ ਸਿਰਫ ਉਹੀ ਦਿਖਾ ਰਹੇ, ਬਾਕੀ ਤੁਹਾਨੂੰ ਵੈਸੇ ਸ਼ੌਂਕ ਕਰਾਵਾਂਗੇ ਆਪਾਂ ਸਾਰਿਆਂ ਦਾ ਜੀ। ਆ ਵੀ ਬਾਈ ਅਤੀ ਬਾਈ ਅਤੀ ਫਰਿੱਜ, ਪਹਿਲਾ ਨੰਬਰ ਤੁੰਗਾ ਹੇੜੀ ਤੋਂ, ਤੁੰਗਾ ਹੇੜੀ ਤੋਂ, ਤੁੰਗ ਹੇੜੀ ਤੋਂ ਫਰਿੱਜ ਜੇਤੂ ਬਾਈ। ਆ ਵੀ ਕਬੂਤਰੀ ਹੈ, ਹਾਂਜੀ ਬਾਈ, ਇਹ ਵੀ ਚਟੀਆਂ ਦੀ ਆ ਬਾਈ, ਲਾਲ ਗਾਸੇ ਕਲੀ, ਲਾਲ ਬਗਲ ਕੀਤੀ ਹੋਈ ਆ ਸੰਤਰੀ ਰੰਗ ਦੀ। ਪਰ ਦਿਖਾਇਓ ਇਹਦੇ ਉੱਪਰੋਂ, ਖੋਲ ਕੇ ਰੱਖਿਓ, ਐਂ ਲਓ ਬਾਈ। ਕਈ ਚੀਜ਼ਾਂ ਜਿਹੜੀਆਂ ਹੈਗੀਆਂ ਭਰਾ ਦੇਖਦੇ ਆ, ਤੇ ਆਹ ਮੋਹਰ ਅਜੇ ਵੀ ਲੱਗੀ ਆ ਬਾਈ। ਇੱਕ ਬਾਜੀ ਹੋਰ ਛੱਡੀ, ਉਹ ਹਾਰ ਗਈ ਬਾਈ। ਅੱਛਾ, ਇੱਕ ਬਾਜੀ ਹੋਰ ਛੱਡੀ, ਉੱਥੇ 12ਵੀਂ ਦੇ ਨੂੰ ਬਹਿ ਗਈ। ਠੀਕ ਆ, ਵਾਧਾ ਘਾਟਾ ਹੋ ਜਾਂਦਾ ਕਈ ਵਾਰ ਕਬੂਤਰਾਂ ਦਾ। ਖੇਡ ਕੇ ਨਹੀਂ ਹਾਰ ਗਈ। ਆ ਜਿਹੜੀ ਨੋਵਾ ਜਿੱਤੀ ਬਾਈ, ਉਹਦੀ ਭੈਣ ਆ। ਅੱਛਾ, ਇਹ ਬਾਈ ਅੱਧੀ ਬਾਈ ਛੱਡੀ ਸੀ ਬੋਰਡ ਆਈ। ਅੱਛਾ, ਉੱਥੋਂ ਘਰੇ ਆ ਗਈ ਬਾਈ ਬੋਰਡ ਆਈ ਤੋਂ? ਹਾਂਜੀ, ਬਾਲੀ ਘਰੇ ਉੜਦੀ ਬੋਰਡ ਆਈ, ਇੱਥੇ ਲੱਗ ਗਈ ਹੈਗਾ 10-12 ਕਿਲੋਮੀਟਰ ਬਾਈ, 10-12 ਕਿਲੋਮੀਟਰ ਤੋਂ ਘਰੇ ਚੱਲ ਆਈ। ਹਾਂਜੀ ਬਾਈ, ਉਹਦੇ ਮੌਸਮ ਥੋੜ੍ਹਾ ਗੜਬੜ ਹੋ ਗਈ ਸੀ। ਅੱਛਾ ਅੱਛਾ, ਅਤੇ ਘਰੇ ਆ ਗਈ ਬਾਈ। ਅੱਖਾਂ ਇਹਦੀਆਂ ਵੀ ਚਟੀਆਂ ਹੀ ਆ, ਹੈ ਬਹੁਤ ਉੜਦੀ ਘਰੇ, ਘਰੇ ਵੀ ਫੁੱਲ ਉੱਡੀਆਂ ਹੋਈ ਕਬੂਤਰੀਆਂ ਬਾਈ, ਇਹ ਬਹੁਤ ਹੀ ਚੰਗੀ ਆ ਬਾਈ, ਸਹੀ ਆ। ਆ ਬਾਈ ਇੱਕ ਲੈ ਕੇ ਘੁੰਮਣ ਦਿਆ, ਪਤਾ ਨਹੀਂ ਕੀ ਚੱਕਰ ਆ, ਉੱਲਾ ਲਾਉਣ ਲੱਗਾ ਲੱਗਦਾ ਹੈ। ਬਹੁਤ ਸੋਹਣੇ ਸੋਹਣੇ ਪਰਿੰਦੇ ਆ, ਇੱਕ ਵਾਰ ਤੁਹਾਨੂੰ ਆਪਾਂ ਪਿੰਜਰੇ ਦੇ ਵਿੱਚ ਵੀ ਬਾਈ ਦਿਖਾ ਦਿੰਦੇ ਹਾਂ ਇਹਨਾਂ ਨੂੰ। ਐ ਲਓ ਜੀ, ਆ ਫਿਰਦੇ ਨੇ ਇਹਦੇ ਵਿੱਚ ਇੱਕ ਕਬੂਤਰ, ਅਤੇ ਇਹਦੇ ਵਿੱਚ 4 ਕਬੂਤਰੀਆਂ ਨੇ, ਅਤੇ ਬੱਚੇ ਇਹਨਾਂ ਦੇ ਲਗਭਗ ਸਾਰੀਆਂ ਦੇ ਕੱਢੇ ਹੋਏ ਨੇ। ਫਿਰ ਤੁਹਾਨੂੰ ਦੱਸ ਦਈਏ,
ਇਹ ਤੁਹਾਡਾ ਸ਼ੌਂਕ ਵਾਸਤੇ ਆ, ਤੁਹਾਡੇ ਵਾਸਤੇ ਸਿਰਫ ਤੁਹਾਨੂੰ ਜਿਹੜਾ ਆਪਾਂ ਸ਼ੌਂਕ ਕਰਾ ਰਹੇ ਹਾਂ ਨਾ ਕਬੂਤਰਾਂ ਦਾ, ਠੀਕ ਆ ਜੀ। ਅਤੇ ਬਾਕੀ ਤੁਹਾਨੂੰ ਇਹਦੇ ਵਿੱਚ ਨਰਾਂ ਦਾ ਵੀ ਸ਼ੌਂਕ ਕਰਾ ਦਿੰਦੇ ਹਾਂ ਖੁੱਡੇ ਦੇ ਵਿੱਚ। ਕੁਝ ਕਬੂਤਰ ਹੁੰਦੇ ਆ ਬਈ ਆਪਾਂ ਜਾਂਦੇ ਹਾਂ, ਕੁਝ ਭਰਾ ਸ਼ੌਂਕ ਨਹੀਂ ਕਰਾਉਣ ਦਿੰਦੇ, ਕੁਝ ਕਰਾਉਣ ਦਿੰਦੇ ਆ। ਜਿੱਥੇ ਆਪਾਂ ਪਹੁੰਚ ਕੇ ਤੁਹਾਨੂੰ ਸ਼ੌਂਕ ਕਰਾ ਸਕਦੇ ਹਾਂ, ਉੱਥੇ ਆਪਾਂ ਤੁਹਾਨੂੰ ਸ਼ੌਂਕ ਕਰਾ ਵੀ ਦੇਈਦਾ ਜੀ। ਅਤੇ ਇਹ ਆ ਬਾਈ ਵੱਡੇ ਨਰ ਬਾਈ ਦੇ, ਠੀਕ ਹੈ ਜੀ। ਇਹਦੇ ਵਿੱਚੋਂ ਵੀ ਜਿਹੜੇ ਹੈਗੇ ਆ ਬਾਜੀ ਜਿੱਤੇ ਹੋਏ ਹੈਗੇ ਨੇ ਸ਼ਾਇਦ, ਜੇਤੂ ਕਬੂਤਰ ਬਾਈ ਅੱਖਾਂ ਇਹਦੀਆਂ ਵੀ ਚੱਕੀਆਂ ਆ, ਸਹੀ ਆ। ਲੋ ਬਾਈ ਇੱਕ ਆ ਵੀ ਦੇਖੋ, ਇਹ ਵੀ ਦੋ ਬਾਜੀਆਂ ਜੇਤੂ ਆ, ਇਹ ਵੀ ਚਿੱਟੀਆਂ ਦਾ ਹੀ ਆ, ਪੀਲੀਆਂ ਦਾ, ਕੱਚੀਆਂ ਪੀਲੀਆਂ ਅੱਖਾਂ ਦਾ। ਦੋਵਾਂ ਜਗ੍ਹਾ ਤੇ ਕੱਲਾ ਕੱਲਾ ਰਿਹਾ ਬਾਈ। ਅੱਛਾ, ਆ ਗਰਮੀ ਚ ਜਮਾਂ ਕੱਲਾ ਨੂੰ ਇਸ ਸਾਲ? ਹਾਂਜੀ ਬਾਈ। ਕਿਹੜੀ ਜਗ੍ਹਾ ਤੋਂ ਆਇਆ ਕਬੂਤਰ? ਇਹ ਆਸ਼ੂ ਕਿਲਾਰਾ ਪਰ ਤੋਂ ਆਇਆ। ਅੱਛਾ ਬਾਈ, ਆਸ਼ੂ ਕਿਲਾਰਾ ਆਇਆ। ਆਸ਼ੂ ਕਿਲਾਰਾ ਪਰ ਦੱਸਾ ਕਿਲਾਰਾ ਪਰ। ਠੀਕ ਆ ਬਾਈ, ਜਮਾਂ ਨਰੋਲ ਕਿਲਾ ਰਿਹਾ ਬਾਈ। ਹਾਂ ਇਹਨਾਂ ਹਾਂਜੀ, ਕਬੂਤਰ ਦਾ ਵਜੂਦ ਬਹੁਤ ਵੱਡਾ ਆ ਇਹਦਾ। ਹਾਂ ਇਹ ਸਾਰੇ ਦੇ ਸਾਰੇ ਨਰ, ਫੇਰ ਤੁਹਾਨੂੰ ਇੱਕ ਵਾਰ ਦੱਸ ਦਈਏ, ਕੁਝ ਡਰ ਕੇ ਉੱਪਰ ਲੱਗ ਗਏ, ਚਿੰਬੜ ਗਏ ਜਾ ਕੇ, ਤੇ ਸ਼ੌਂਕ ਜਿਹੜਾ ਤੁਹਾਨੂੰ ਕਰਾ ਰਹੇ ਆ। ਆਹ ਬਾਈ ਨੇ ਇੱਕ ਡੱਬਾ ਫੜਿਆ, ਇਹ ਵੀ ਤੁਹਾਨੂੰ ਦਿਖਾਉਂਦੇ ਆ ਬਾਈ। ਆਹ ਦੇਖੋ ਬਾਈ, ਪੱਲਾ ਕਾਲਾ ਵਿੱਚ ਅੱਧਾ ਲਾਲ ਆ, ਦੇਖੋ ਡਬਲ ਸ਼ੇਡ ਆ, ਦੂਜੇ ਬੰਨੇ ਪੂਰਾ ਹੀ ਲਾਲ ਆ ਰੱਤਾ ਆ, ਤੇ ਉੱਪਰੋਂ ਪਿੱਠ ਤੇ ਵੀ ਡਿਜ਼ਾਇਨ ਆ ਬਾਈ। ਇਹ ਦੇਖੋ ਅੱਧਾ ਲਾਲ ਆ ਤੇ ਅੱਧਾ ਜਿਹੜਾ ਕਾਲਾ ਨੀਲਾ, ਬਹੁਤ ਹੀ ਸ਼ਾਨਦਾਰ ਮਤਲਬ ਕਬੂਤਰ ਕਰਕੇ। ਅੱਛਾ, ਫੋਲੀ ਡਾਬ ਅੱਜ ਕਰੇ ਅੱਖਾਂ ਚਿੱਟੀਆਂ ਤੇ, ਇਹ ਕਿਹੜੇ ਕਬੂਤਰਾਂ ਨੇ ਕੱਢ ਦਿੱਤਾ? ਇਹ ਵੀਰੇ ਆਪਣੇ ਘਰ ਦੇ ਕਬੂਤਰ ਬਾਜੇ ਵਾਲੇ। ਅੱਛਾ, ਦੇ ਕਬੂਤਰ ਬਾਜੇ ਵਾਲੇ ਕਬੂਤਰ ਮਸ਼ਹੂਰ ਹੋਏ ਆ। ਇਹਦੇ ਮਾਂ ਪਿਓ ਕਿੱਥੇ ਆ? ਇਹਦੇ ਮਾਂ ਪਿਓ ਹੈਗੇ ਆ ਇੱਥੇ ਹੀ ਆ। ਇਹ ਮਾਂ ਬਰਪੁਰ ਆ, ਪਿਓ ਹੈਗਾ ਆਪਣੇ ਕੋਲ। ਪਿਓ ਹੈਗਾ ਆ, ਉਹਨਾਂ ਚੋਂ ਵੀ ਕੋਈ ਲਾਲ ਚੀਨਾ ਜਾਂ ਨੀਲਾ ਹੈਗਾ ਸੀ? ਉਹ ਪਿਓ ਇਹਦਾ ਲਾਲ ਚੀਨਾ ਵਾ, ਮਾਂ ਦੀ ਰੱਤੀ ਸੀ ਬਾਈ। ਮਾਂ ਰੱਤੀ ਸੀ ਤੇ ਉਹਨਾਂ ਨੇ ਫਿਰ ਇਦਾਂ ਦਾ ਕੱਢਿਆ। ਇਹਦੀ ਧੀ ਤੇ ਛੱਡੀ ਆਪਾਂ ਲਾਲ ਡੱਬੀ ਛੱਡੀ ਸੀ, ਉਹ ਭੱਜ ਕੇ ਨਾਲ ਦੇ ਮਿੰਟ ਵਾ ਗਏ। ਮੈਂ ਨਾ ਇੱਕ ਚੀਜ਼ ਦੇਖਣੀ ਆ। ਹਾਂ, ਤੁਹਾਡੇ ਕਬੂਤਰ ਜਿੰਨੇ ਮੈਂ ਦੇਖਿਆ ਸੇਮ ਆ, ਹੈਨਾ ਲਗਭਗ। ਇਹਦੇ ਵਿੱਚ ਬਾਈ ਇੱਕ ਨਾ ਕਬੂਤਰੀਆਂ ਦੇਖਣੀਆਂ, ਇੱਕ ਦੋ ਫੜ ਕੇ ਆਹ ਦਿਖਾਇਓ। ਇੱਕ ਤਾਂ ਬਾਈ ਆਹ ਜਿਹੜੀ ਦੇਖਣੀ ਹੈ ਚਿੱਟੀਆਂ ਅੱਖਾਂ ਦੀ ਬੈਠੀ 3-4 ਨੰਬਰ 'ਤੇ। ਹਾਂ ਆਹ ਦਿਖਾਇਓ। ਇਹ ਬਈ ਆਈ ਹੋਈ ਆ, ਘਰ ਦੇ ਨਹੀਂ ਹੈਗੇ। ਘਰ ਦੀ ਨਹੀਂ ਆ, ਇਹ ਆਪਾਂ ਇੱਥੇ ਲਤਾਲੇ ਭਾਨੇ ਲਤਾਲੇ ਦੇ ਘਰੋਂ ਆਈ ਹੋਈ ਆ। ਭਾਨੇ ਲਤਾਲੇ ਦੇ ਘਰੋਂ, ਤੇ ਅੱਖ ਦੇਖ ਲਓ ਬਾਈ ਕਬੂਤਰੀ ਦੀ, ਇਹਦੀ ਵੀ ਪੂਰੀ ਜ਼ਬਰਦਸਤ ਆ ਇੱਕਦਮ। ਬਹੁਤ ਚੰਗੀ ਕਬੂਤਰੀ ਬਾਈ। ਪਰ ਵੀ ਦਿਖਾਇਓ ਇਹਦੀ। ਐ ਲਓ ਜੀ, 10ਵਾਂ ਪਰ ਇਹਦਾ ਆਉਂਦਾ ਪਿਆ ਆ ਕਲੀਆਂ ਦੇ ਵਿੱਚ। ਸਹੀ ਆ ਬਾਈ। ਆਇਆ ਬਈ ਨੀਲੀ ਰੱਤੀ ਚਿੱਟੀਆਂ ਅੱਖਾਂ ਦੀ, ਇਹ ਡਾਈ ਆ ਬੱਚਾ ਹੀ ਬਈ, ਹੁਣ ਪੱਟਿਆ ਹੁਣ ਡਾਉਣਾ ਵਾ ਬੱਚਾ ਹੁੰਦਾ ਹੋਇਆ ਆਪਣੇ ਘਰੇ, ਠੀਕ ਆ, ਹੁਣ ਇਹ ਡਾਉਣਾ ਵਾ ਇੱਥੇ। ਅੱਛਾ, ਉਹਨੇ ਦੂਸਰਾ ਛੱਡ ਕੇ ਨਹੀਂ, ਵੈਸੇ ਹੀ ਘਰੇ ਡਾਉਣ ਵਾਸਤੇ ਦੋ ਵਾਲਾ ਕਬੂਤਰ ਹੈ, ਠੀਕ ਆ, ਠੀਕ ਆ, ਲਾ ਕੇ ਰੱਖਣਾ ਗਾੜੇ ਵਾਲਾ ਬਾਈ। ਹਾਂ, ਫਿਰ ਨਹੀਂ ਤਾਂ ਜੁੜ ਜਾਂਦੇ ਕਬੂਤਰ, ਬਾਹਲੀ ਦੇਰ ਨਾ ਡਾਓ।
ਬਾਹਰ ਬਹਿਣ ਲੱਗ ਜਾਂਦਾ, ਬਹੁਤ ਕਬੂਤਰ ਖਰਾਬ ਹੁੰਦੇ ਆ। ਤੇ ਜਿੱਦਾਂ ਵੀਰੇ ਉਹਨੇ ਛਤਰੀਆਂ ਤੇ ਨਿੱਕੀ ਨਿੱਕੀ ਤੁਸੀਂ ਭਜਾਉਂਦੇ ਹੋ ਤੇ ਭੱਜਣ ਭੁੱਜ ਜਾਂਦਾ, ਇਹਨਾਂ ਦਾ ਤਾਂ ਨਹੀਂ ਚਾਂਸ ਹੁੰਦਾ ਕੋਈ? ਨਹੀਂ, ਆਪਣੇ ਦਾ ਵੀ ਬਹੁਤ ਘੱਟ ਜਾਂਦੇ ਆ। ਮਤਲਬ ਬਾਹਰ ਬਹਿੰਦੇ ਨਹੀਂ ਹੈਗੇ? ਨਹੀਂ, ਬਹੁਤ ਘੱਟ ਬਾਹਰ ਬਹਿ ਕੇ ਵੀ ਆ ਜਾਂਦੇ ਸ਼ਾਮ ਨੂੰ ਘਰੇ, ਆ ਜਾਂਦੇ ਆ ਸ਼ਾਮ ਨੂੰ ਘਰੇ। ਸਹੀ ਆ, ਸਹੀ ਆ। ਆ ਵੀ ਜੀ ਇਨੋਵਾ ਦੀ ਆ ਜੀ, ਉਹਦੀ ਭੈਣ ਹੈ ਬਾਈ। ਆ ਵੀ ਇਨੋਵਾ ਵਾਲੀ ਵੀ ਭੈਣ ਆ ਬਾਈ। ਇਹ ਛੱਡੀ ਨਹੀਂ ਬਾਜੀ ਬਾਈ, ਘਰੇ ਵਧੀਆ ਉੱਠਦੀ ਰੋਵਾਂ ਜੀ ਆਪਾਂ। ਠੀਕ ਆ, ਪਰ ਝਾੜੇ ਦੇ ਵਿੱਚ ਨਵੇਂ ਆਉਂਦੇ ਪਏ ਆ ਬਾਈ ਇਹਨਾਂ ਦੇ, ਇੱਥੇ ਲਾਉਣੀ ਹੈ ਲਾਈ ਨਹੀਂ ਬੱਚਿਆਂ ਨੂੰ ਬਾਈ। ਸਹੀ ਆ, ਸਹੀ ਆ। ਕਬੂਤਰੀ ਦੀਆਂ ਅੱਖਾਂ ਡੇਲੇ ਕਿੱਦਾਂ ਬਾਹਰ ਨੂੰ ਆਏ ਦੇ, ਤੇ ਸਿਰ ਬਹੁਤ ਜ਼ਿਆਦਾ ਠਿੱਬਾ ਦੇਖੋ, ਸਿਰ ਦੇ ਉੱਪਰ ਠਿੱਬ ਬਣਦਾ ਵੱਖਰਾ ਹੀ ਇਹਦੇ। ਸਹੀ ਆ, ਇਹ ਵੱਡੀ ਕਬੂਤਰੀ ਆ ਜੀ, ਵੱਡੀ ਕਬੂਤਰੀ ਦੀ ਬਿਮਾਰ ਹੋ ਗਈ ਬਾਈ, ਲਾਉਣੀ ਆ ਸੁੱਕ ਗਈ। ਸਹੀ ਆ, ਇੱਤੀ ਛੱਡੀ ਬਾਜੀ, ਇੱਤੀ ਆਪਾਂ ਜੱਟਾਂ ਨੂੰ ਲਈ ਬਹਿ ਗਈ ਸੀ ਆਪਣੀ ਕਬੂਤਰੀ ਕੋਲ। ਅੱਛਾ, ਸਹੀ ਆ, ਬਹੁਤ ਹੀ ਸ਼ਾਨਦਾਰ ਕਬੂਤਰ ਬਾਈ ਦੇ, ਕਬੂਤਰਾਂ ਦਾ ਤੁਸੀਂ ਕਰ ਰਹੇ ਹੋ ਸ਼ੌਂਕ ਬਾਈ। ਕੁਲਦੀਪ ਬਾਈ ਲਤਾਵਾ, ਆਹ ਕਬੂਤਰੀ ਪਹਿਲੇ ਪਹਿਲਾਂ ਦੋ ਦਿਨ ਪਹਿਲਾਂ ਬਾਈ ਬਾਜੀ ਦਿੱਤੀ ਸੀ, ਘਰ ਦੀ ਦਿੱਤੀ ਸੀ। ਇੱਕ ਉਹਦੀ ਭੈਣ ਰਾਜਪੁਰਗੇ ਤੇ ਪਿੰਡ ਜਿੱਤੀ ਰਾਜਸਰ। ਅੱਛਾ, 7 ਵਜੇ ਬਾਈ, 7 ਵਜੇ ਕਾਫੀ ਕੁਝ ਟਾਈਮ ਕਰ ਗਏ ਉਦੋਂ ਤਾਂ, ਔਰ ਸੀਨ ਯਾਨੀ ਕਿ ਵਧੀਆ ਬਾਈ ਹਿੱਸਾ ਗਏ। ਸਹੀ ਹੈ, ਵਧੀਆ ਯਾਨੀ ਕਿ ਵਧੀਆ ਕੱਟ ਦੇਣੇ ਤੇ ਬਾਈ ਵਜੂਦ ਇਹਨਾਂ ਦੇ ਛੋਟੇ ਛੋਟੇ ਆ ਹਨਾ ਕਬੂਤਰੀਆਂ ਦੇ, ਜਿੰਨੀਆਂ ਵੀ ਨੇ ਤੁਹਾਡੀਆਂ ਵਧੀਆ ਨੇ। ਆਹ ਦੋਵੇਂ ਇੱਕੋ ਹੀ ਖੂਨ ਆ ਜਿਹੜੀਆਂ ਅਲੱਗ ਅਲੱਗ ਬੈਠੀਆਂ ਚਿੱਟੀਆਂ ਨੇ, ਆਹ ਕਿੱਧਰ ਆ ਗਈ? ਇੱਕ ਵਾਰ ਦੀ ਹੋਵੇ ਸਾਰਾ ਹੈ, ਇੱਕ ਬਲੱਡੀ ਆ, ਦੋਵੇਂ ਦੇਖਣ ਨੂੰ ਸੇਮ ਹੀ ਲੱਗਦੀਆਂ। ਅਜੇ ਰੰਗੋਲ ਫਰਜ ਤੇ ਉਹਦੀ ਭੈਣ ਬਾਈ। ਅੱਛਾ ਅੱਛਾ, ਬਹੁਤ ਵਧੀਆ ਜੀ ਕਬੂਤਰ ਬਾਈ ਦੇ ਉਹਨਾਂ ਕੋਲ ਗਿਣਤੀ ਦੇ, ਪਰ ਪੂਰੇ ਦੇ ਪੂਰੇ ਜਿਹੜੇ ਵਧੀਆ ਨੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ। ਮੇਰੀ ਭੈਣ ਇੱਥੇ ਭਾਈ ਛੱਡੀ ਜਿੰਦਾ ਲੇਰ ਆਪਾਂ, ਠੀਕ ਆ, ਟੱਪ ਕਲੱਬ ਦੇ ਲੀਗ ਵਾਲੀ ਬਾਜੀ ਉੱਥੇ ਚਲੀ ਗਈ, 11 ਸਹੀ ਜਿਣ ਕੇ ਪੌਣੇ 7 ਚਲੀ ਗਈ। ਅੱਛਾ, ਬਹੁਤ ਘਰੇ ਉੱਡਦੀ ਬਾਈ ਕਬੂਤਰੀ ਦੀ ਭੈਣ, ਠੀਕ ਆ। ਕਬੂਤਰੀ ਡੱਬੇ ਦੀ ਧੀ ਆ। ਅੱਛਾ, ਡੱਬੇ ਦੀ ਧੀ ਆ, ਹੈ ਹੈ ਵੀ ਉਹਦੇ ਵਾਂਗੂ ਹੀ ਆ। ਰਾਜਗੜ੍ਹ ਛੱਡੀ ਸੀ ਇੱਥੇ, ਨਾਲ ਦੇ ਪਿੰਡ ਆ ਗਈ ਸੀ ਨਿਕਲ ਕੇ, ਇਹ ਜਲਾਲ ਦੀ ਵਾਲ, ਜਲਾਲ ਦੀ ਵਾਲ ਚਲੀ ਗਈ ਹੈ। 12 ਵਜੇ ਢਾਂਗੀ ਲੱਗੀ, 7:15 ਬੈਠੀ ਛਤਰੀ ਤੇ, ਡਿੱਗੀ ਸੀ ਬਾਹਰ। ਆਹ ਦੇਖੋ ਬਈ ਇਹਦੀਆਂ ਵੀ ਅੱਖਾਂ, ਡੱਬੀ ਕਬੂਤਰੀ ਆ, ਬਹੁਤ ਹੀ ਚੰਗੀ ਆ ਬਾਈ, ਡੱਬੇ ਦੀ ਧੀ ਆ, ਦੋ ਰੰਗੇ ਦੀ। ਐ ਲਓ ਜੀ, ਜਿਹੜਾ ਦੋ ਰੰਗਾ ਕਬੂਤਰ ਆ ਨਾ ਤੁਹਾਨੂੰ ਪਹਿਲਾਂ ਦਿਖਾਇਆ, ਇਹ ਉਹਦੀ ਧੀ ਆ ਬਾਈ। ਸਹੀ ਆ। ਬਾਕੀ ਮਿੱਤਰੋ ਕਿੱਦਾਂ ਦਾ ਲੱਗਾ ਸ਼ੌਂਕ ਵੀਰ ਦਾ, ਅਤੇ ਕਬੂਤਰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ, ਠੀਕ ਹੈ ਜੀ। ਅਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ, ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ। ਅਤੇ ਨਵੀਂ ਵੀਡੀਓ ਆਉਣ ਤੱਕ ਲਈ ਕਰੋ ਇੰਤਜ਼ਾਰ, ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।